ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਭਾ ਦੇ ਰੋਟੀ ਨੇੜਲੇ ਪਿੰਡ ਇੱਕ NRI ਵੱਲੋਂ ਬਣਾਏ ਗਏ ਟੌਪ ਨਸਲ ਦੀਆਂ ਗਾਵਾਂ ਦੇ ਡੇਅਰੀ ਫਾਰਮ ਪਹੁੰਚ ਰਹੇ ਨੇ। ਸੀਐਮ ਕੈਪਟਨ ਅਮਰਿੰਦਰ ਸਿੰਘ ਡੇਅਰੀ ਸੰਬੰਧੀ ਜਾਣਕਾਰੀ ਦਾ ਜਾਇਜ਼ਾ ਲੈਣਗੇ, ਜਿਸ ਕਰਕੇ ਸੀਐਮ ਦੌਰੇ ਨੂੰ ਲੈ ਕੇ ਖੁਦ ਪਟਿਆਲਾ ਦੇ DC ਅਤੇ SSP ਨੇ ਅਧਿਕਾਰੀਆਂ ਦੀ ਟੀਮ ਨਾਲ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐਕਚੁਅਲੀ ਸੀਐਮ ਸਾਹਿਬ ਕੀ ਹਮਾਰੇ ਸਾਥ ਡਿਸਕਸ਼ਨ ਹੋਈ ਥੀ ਕੋਈ 2 ਹਫਤੇ ਪਹਿਲੇ, ਔਰ ਵੋ ਡੇਅਰੀ ਸੈਕਟਰ ਕੋ ਲੈ ਕੇ ਥੋੜੇ ਚਿੰਤਿਤ ਹੈ, ਔਰ ਵੋ ਚਾਹਤੇ ਹੈ ਕਿ ਪੰਜਾਬ ਮੇ ਡੇਅਰੀ ਜੋ ਕੁਛ ਸਾਲੋਂ ਸੇ ਥੋੜੀ ਸਟੈਗਨੈਂਟ ਹੈ ਉਸਮੇ ਗਰੋਥ ਕੈਸੇ ਲਾਈ ਜਾਏ, ਤੋ ਉਸ ਬਾਰੇ ਮੇ ਹਮਾਰੀ ਉਨਕੇ ਸਾਥ ਡਿਸਕਸ਼ਨ ਹੋਈ, ਔਰ ਫਿਰ ਉਹਨੇ ਇਹ ਕਿਹਾ ਕਿ ਉਹ ਫਾਰਮ ਪੇ ਆ ਕੇ ਦੇਖਣਾ ਚਾਹਤੇ ਹੈ ਕਿ ਹਮ ਲੋਗੋ ਕੀ ਟੈਕਨੋਲੋਜੀ ਕੈਸੀ ਹੈ, ਕਿਸ ਤਰ੍ਹਾਂ ਸੇ ਹਮਨੇ ਮਾਡਰਨ ਡੇਅਰੀ ਫਾਰਮ ਲਗਾਇਆ ਹੈ, ਔਰ ਇਸਸੇ ਹਮ ਲੋਗ ਕਿਆ ਚੀਜ਼ੇ ਲੇਕਰ ਪੰਜਾਬ ਮੇ ਇੰਪਲੀਮੈਂਟ ਕਰ ਸਕਤੇ ਹੈ। ਤੋ ਕਲ ਵੋ ਉਸ ਟ੍ਰਿਪ ਪੇ ਆ ਰਹੇ ਹੈ, ਔਰ ਸ਼ਾਇਦ ਯਹਾਂ ਪਰ ਕੁਛ ਟਾਈਮ ਸਪੈਂਡ ਕਰੇਂਗੇ ਹਮਾਰੇ ਸਾਥ, ਅਬ ਉਨਕੋ ਪੂਰਾ ਫਾਰਮ ਦਿਖਾਏਂਗੇ। ਇਸ ਫਾਰਮ ਕੋ ਦੇਖਕਰ ਔਰ ਵੀ ਪੰਜਾਬ ਕੇ ਕਿਸਾਨੋਂ ਕੋ ਫਾਇਦਾ ਬਿਲਕੁਲ ਹੋ ਸਕਤਾ ਹੈ। ਪੰਜਾਬ ਮੇ ਸਬਸੇ ਪ੍ਰੋਗਰੈਸਿਵ ਸਟੇਟ ਹੈ ਡੇਅਰੀ ਕੇ ਲੀਏ, ਪਿਛਲੇ 4-5 ਸਾਲ ਸੇ ਯਹਾਂ ਪਰ ਕੁਛ ਇਸ਼ੂਜ਼ ਹੈ, ਔਰ ਸਮਹਾਉ ਫਾਰਮਸ ਮੇ ਬਹੁਤ ਜ਼ਿਆਦਾ ਗਰੋਥ ਨਹੀਂ ਹੋ ਰਹੀ ਹੈ, ਪਰ ਅਗਰ ਫਾਰਮਰ ਸਹੀ ਐਗਰੀਕਲਚਰਲ ਟੈਕਨੀਕਸ ਔਰ ਐਨੀਮਲ ਹਸਬੈਂਡਰੀ ਟੈਕਨੀਕਸ ਕੋ ਯੂਜ਼ ਕਰਤਾ ਹੈ ਤੋ ਗਰੋਥ ਕੀ ਅਪੋਰਚੁਨਿਟੀ ਬਹੁਤ ਹੈ, ਬਿਕੋਜ਼ ਇੰਡੀਆ ਮੇ ਸਬਸੇ ਬੜੀ ਅਪੋਰਚੁਨਿਟੀ ਡੇਅਰੀ ਫਾਰਮਿੰਗ ਕੀ ਗਰੋਥ ਕੀ ਪੰਜਾਬ ਮੇ ਹੀ ਹੈ ਹਮਾਰੇ ਹਿਸਾਬ ਸੇ।